ਹਾਂਜੀ ਗੇਟਵੇ ਟੂ ਇੰਗਲਿਸ਼ ਚੈਨਲ ਤੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ 6th ਕਲਾਸ ਦੇ ਵਿੱਚ ਜੋ ਸਿਲੇਬਸ ਦਾ ਟ੍ਰਾਂਸਲੇਸ਼ਨ ਹੈ ਟ੍ਰਾਂਸਲੇਸ਼ਨ ਲਈ ਆਪਣੇ ਕੋਲ 6th ਕਲਾਸ ਦੇ ਵਿੱਚ ਸੈਂਟੈਂਸਿਸ ਨੇ ਆ ਦੇਖੋ ਤੁਸੀਂ ਆਪਣੇ ਕੋਲ ਟੋਟਲ ਸੈਂਟੈਂਸਿਸ ਨੇ ਬੇਟਾ 50 ਠੀਕ ਹੈ ਸੋ ਇਹ 50 ਸੈਂਟੈਂਸਿਸ ਤੁਸੀਂ ਚੰਗੀ ਤਰ੍ਹਾਂ ਲਰਨ ਕਰਨੇ ਨੇ ਇੱਕ ਇੱਕ ਸੈਂਟੈਂਸ ਮੈਂ ਤੁਹਾਨੂੰ ਦੱਸ ਰਿਹਾ ਹੁਣ ਕੱਲਾ ਕੱਲਾ ਤੇ ਨੋਟ ਕਰ ਲਿਓ ਇਹਨਾਂ ਨੂੰ ਲਰਨ ਕਰ ਲਿਓ ਇਹਨਾਂ ਵਿੱਚੋਂ ਹੀ ਤੁਹਾਡੇ ਐਗਜ਼ਾਮ ਦੇ ਵਿੱਚ ਜੋ ਹੈ ਸੈਂਟੈਂਸਸ ਪੁੱਛੇ ਜਾਣਗੇ ਠੀਕ ਹੈ ਬੇਟਾ ਆਓ ਸ਼ੁਰੂ ਕਰਦੇ ਹਾਂ ਪਹਿਲਾ ਸੈਂਟੈਂਸ ਆਪਣੇ ਕੋਲ ਹੈ ਓਪਨ ਯੋਰ ਬੁక్స్ ਠੀਕ ਹੈ ਇਸ ਦੀ ਟ੍ਰਾਂਸਲੇਸ਼ਨ ਹੋਏਗੀ ਪੰਜਾਬੀ ਵਿੱਚ ਆਪਣੀਆਂ ਕਿਤਾਬਾਂ ਖੋਲੋ ਸੈਕੰਡ ਸੈਂਟੈਂਸ ਹੈ ਕਲੋਜ਼ ਯੋਰ ਬੁక్స్ ਆਪਣੀਆਂ ਕਿਤਾਬਾਂ ਬੰਦ ਕਰੋ ਨੈਕਸਟ ਸੈਂਟੈਂਸ ਹੈ ਓਪਨ ਦਾ ਡੋਰ ਦਰਵਾਜ਼ਾ ਖੋਲੋ ਸ਼ਟ ਦ ਡੋ ਦਰਵਾਜਾ ਬੰਦ ਕਰੋ ਸਿਟ ਹਿਅਰ ਇੱਥੇ ਬੈਠੋ ਸਟੈਂਡ ਹਿਅਰ ਇੱਥੇ ਖੜੇ ਹੋਵੋ ਡੋਂਟ ਸਿਟ ਹਿਅਰ ਇੱਥੇ ਨਾ ਬੈਠੋ ਡੋਂਟ ਸਟੈਂਡ ਹਿਅਰ ਇੱਥੇ ਖੜੇ ਨਾ ਹੋਵੋ ਸਟੈਂਡ ਇਨ ਅ ਕਯੂ ਇੱਕ ਕਤਾਰ ਵਿੱਚ ਖੜੇ ਹੋਵੋ ਸਟੈਂਡ ਅਪ ਖੜੇ ਹੋ ਜਾਓ ਸਿਟ ਡਾਊਨ ਬੈਠ ਜਾਓ ਕੀਪ ਕਵਾਈਟ ਚੁੱਪ ਕਰੋ ਜਾਂ ਆਪਾਂ ਕਹਿ ਸਕਦੇ ਆ ਸ਼ਾਂਤ ਰਹੋ 스위치 온더 ਲਾਈਟ ਬੱਤੀ ਜਲਾ ਦਿਓ 스위치 ਆਫ 더 ਲਾਈਟ ਬੱਤੀ ਬੰਦ ਕਰ ਦਿਓ ਰਿਸਪੈਕਟ ਯਰ ਪੇਰੈਂਟਸ ਆਪਣੇ ਮਾਪਿਆਂ ਦਾ ਸਤਕਾਰ ਕਰੋ ਬ੍ਰਸ਼ ਯਰ ਟੀਥ ਟਵਾਈਸ ਆਪਣੇ ਦੰਦਾਂ ਨੂੰ ਦੋ ਵਾਰ ਬੁਰਸ਼ ਕਰੋ ਡੋਂਟ ਵਰੀ ਚਿੰਤਾ ਨਾ ਕਰੋ ਲਿਸਨ ਟੂ ਮੀ ਮੇਰੀ ਗੱਲ ਸੁਨੋ ਸਪੀਕ ਪੋਲਾਈਟਲੀ ਹਲੀਮੀ ਨਾਲ ਬੋਲੋ ਗਿਵ ਮੀ ਯਰ ਬੁੱਕ ਮੈਨੂੰ ਆਪਣੀ ਕਿਤਾਬ ਦਿਓ ਇੱਕ ਗੱਲ ਬੇਟਾ ਧਿਆਨ ਰੱਖਣੀ ਹੈ ਤੁਹਾਡੇ ਕੋਲ ਇਗਜ਼ਾਮ ਦੇ ਵਿੱਚ ਇੰਗਲਿਸ਼ ਟੂ ਪੰਜਾਬੀ ਵੀ ਪੁੱਛਿਆ ਜਾ ਸਕਦਾ ਹੈ ਪੰਜਾਬੀ ਟੂ ਇੰਗਲਿਸ਼ ਵੀ ਜੋ ਹੈ ਟਰਾਂਸਲੇਸ਼ਨ ਆ ਸਕਦੀ ਹੈ ਸੋ ਇਹ ਤੁਸੀਂ ਧਿਆਨ ਰੱਖਿਓ ਵੀਡੀਓ ਨੂੰ ਲਾਈਕ ਕਰ ਦਿਓ ਜਰੂਰ ਤੇ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਸਟੂਡੈਂਟਸ ਆਪਣਾ ਇਸ ਦਾ ਜੋ ਹੈ ਲਾਭ ਲੈ ਸਕਣ ਨੋਟ ਕਰਕੇ ਉਹ ਲਰਨ ਕਰ ਸਕਣ ਸਾਰੇ ਠੀਕ ਹੈ ਸੈਂਟੈਂਸ ਨੰਬਰ 21 ਤੇ ਆ ਗਏ ਆਪਾਂ ਡੋਂਟ ਪੁਸ਼ ਈਚ ਅਦਰ ਇੱਕ ਦੂਜੇ ਨੂੰ ਨਾ ਤੱਕੋ ಲೆਟਸ ਪਲੇ ਅਗੇਮ ਆਓ ਇੱਕ ਖੇਡ ਖੇਡੀਏ ਡੂ ਯੋਰ ਵਰਕ ਆਪਣਾ ਕੰਮ ਕਰੋ ਵੈਲ ਡਨ ਬਹੁਤ ਖੂਬ ਜਾਂ ਸ਼ਾਬਾਸ਼ ਸ਼ਾਬਾਸ਼ ਵੀ ਕਹਿ ਸਕਦੇ ਆਪਾਂ ਥਿਸ ਇਜ਼ ਅ ਟੇਬਲ ਇਹ ਇੱਕ ਮੇਜ਼ ਹੈ ਆਈ ਏਮ ਅ ਸਟੂਡੈਂਟ ਮੈਂ ਇੱਕ ਵਿਦਿਆਰਥੀ ਹਾਂ ਨੈਕਸਟ ਨੈਕਸਟ ਦੇਖੋ ਹੀ ਇਜ਼ ਅ ਟੀਚਰ ਉਹ ਇੱਕ ਅਧਿਆਪਕ ਹੈ ਮਾਈ ਫਾਦਰ ਇਜ਼ मैशन मेरे पिता जी एक जो है मिस्त्री हन ठीक है राज मिस्त्री मैशन जो है राज मिस्त्री कहा जाता है माई मदर इज अ होममेकर मेरी माँ एक घरेलू औरत है दैट इज अ प्लेग्राउंड एक खेड का मैदान है आई हैव अ पेन मेरे को कलम है शी हैज़ अ न्यू बैग उस एक नवा बस्ता है इट इज़ अ फाइन डे ए एक व्या दिन है ਸੈਂਟੈਂਸ ਨੰਬਰ 34 ਇਟ ਇਜ਼ ਰੇਨਿੰਗ ਮੀ ਪੈ ਰਹਾ ਹੈ ਟੁਡੇ ਇਜ਼ ਮਾਈ ਬਰਥਡੇ ਅੱਜ ਮੇਰਾ ਜਨਮ ਦਿਨ ਹੈ ਦੈਟਸ ਮਾਈ ਬੁੱਕ ਇਹ ਮੇਰੀ ਕਿਤਾਬ ਹੈ ਦੋਜ਼ ਮੰਗੇਜ਼ ਆਰ ਸਵੀਟ ਓ ਆੰਬ ਮਿੱਠੇ ਹਨ ਦਾ ਮੈਚ ਇਜ਼ ਵੈਰੀ ਇੰਟਰਸਟਿੰਗ ਮੈਚ ਬਹੁਤ ਦਿਲਚਸਪ ਹੈ ਥੇਅਰ ਆ 20 ਗਰਲਸ ਇਨ ਮਾਈ ਕਲਾਸ ਮੇਰੀ ਜਮਾਤ ਵਿੱਚ 20 ਕੁੜੀਆਂ ਹਨ माई टीचर इज़ हार्ड वर्किंग मेरा अध्यापक मेहनती है आई एम नॉट अ फूल मैं मूर्ख नहीं हाँ वी आर नॉट हैप्पी असी खुश नहीं हाँ आई एम ऑन लीव टडे मैं अज छुट्टी ते हाँ आई एम नॉट वेल टडे मैं अज ठीक नहीं हाँ हाउ आर यू तुसी किवें हो वट इज़ योर नेम था नाम की है ਵੇਅਰ ਇਜ਼ ਯੋਰ ਹੋਮ ਤੁਹਾਡਾ ਘਰ ਕਿੱਥੇ ਹੈ ਵੈਨ ਇਜ਼ ਯੋਰ ਬਰਥਡੇ ਤੁਹਾਡਾ ਜਨਮ ਦਿਨ ਕਦੋਂ ਹੈ ਵਾਈ ਆਰ ਯੂ ਸੈਡ ਤੁਸੀਂ ਉਦਾਸ ਕਿਉਂ ਹੋ ਲਾਸਟ ਸੈਂਟੈਂਸ ਹੈ ਬੇਟਾ ਹੂ ਇਜ਼ ਯੋਰ ਇੰਗਲਿਸ਼ ਟੀਚਰ ਤੁਹਾਡਾ ਅੰਗਰੇਜ਼ੀ ਅਧਿਆਪਕ ਕੌਣ ਹੈ ਸੋ ਇਹ ਸੀ 50 ਸੈਂਟੈਂਸਸ ਇਹਨਾਂ ਨੂੰ ਬੇਟਾ ਨੋਟ ਕਰ ਲਓ ਚੰਗੀ ਤਰ੍ਹਾਂ ਠੀਕ ਹੈ ਤੇ ਲਰਨ ਕਰ ਲਿਓ ਕਿਉਂਕਿ ਤੁਹਾਡੇ ਜਿੰਨੇ ਵੀ ਐਗਜ਼ਾਮਸ ਹੋਣਗੇ ਚਾਹੇ ਉਹ ਤਮਾਹੀ ਨੇ ਛਮਾਹੀਆਂ ਜਾਂ ਫਾਈਨਲ ਐਗਜ਼ਾਮਸ ਹੋਣਗੇ ਟਰਾਂਸਲੇਸ਼ਨ ਇਨ੍ਹਾਂ 50 ਸੈਂਟੈਂਸਿਸ ਵਿੱਚੋਂ ਹੀ ਆਏਗੀ ਇੰਗਲਿਸ਼ ਟੂ ਪੰਜਾਬੀ ਵੀ ਪੁੱਛਿਆ ਜਾ ਸਕਦਾ ਹੈ ਪੰਜਾਬੀ ਟੂ ਇੰਗਲਿਸ਼ ਵੀ ਪੁੱਛਿਆ ਜਾ ਸਕਦਾ ਹੈ ਸੋ ਵੀਡੀਓ ਨੂੰ ਲਾਈਕ ਜਰੂਰ ਕਰਨਾ ਸ਼ੇਅਰ ਕਰਨਾ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਠੀਕ ਹੈ ਬੇਟਾ ਥੈਂਕ ਯੂ ਵੈਰੀ ਮੱਚ ਬਾਏ ਬਾਏ